are sending a very powerful signal to all the people of the planet that it is time to become the forceful voice to change the minds of the politicians and the corporations. Are you ready? ਅੱਜ ਮੈਂ ਇੱਥੇ ਆਇਆ ਹਾਂ ਸੁਨੇਹਾ ਕਹਿਣ ਨੂੰ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਆਪਾਂ ਆਪਣੇ ਮਾਤਾ ਧਰਤ ਨੂੰ ਸੰਭਾਲੀਏ ਅਤੇ ਗੱਲ ਇਹ ਆ ਕਿਉਂਕਿ ਆਪਾਂ ਸਭ ਇਸ ਮਾਤਾ ਤੋਂ ਜੰਮੇ ਹਾਂ ਅਤੇ ਆਪਾਂ ਸਾਰੇ ਆਪਣੀ ਧਰਤੀ ਦੇ ਜੋ ਰੀਸੋਰਸ ਹੈਗੇ ਨੇ ਵਰਤਦੇ ਹਾਂ ਪਰ ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਆ ਕਿ ਜੇ ਆਪ ਅਸੀਂ ਮਾਤਾ ਤੋਂ ਲੈਂਦੇ ਹਾਂ ਸਾਨੂੰ ਦੇਣਾ ਵੀ ਚਾਹੀਦਾ The Sikh group. About 50 people have joined with us to talk about the climate from a Sikh perspective, why we care so much about what is happening here and how it affects all of our brothers and sisters across the world and in Punjab, how it affects our soil, our water, our earth and our Mata Dhart. जो क्लाइमेट चेंज हैगी आ सब नू अफेक्ट करती तो अगली पीढ़िया नू भी अफेक्ट करती है तो सिखां दी जिम्मेवारी ये हैगी कि जो भी किसी दे नाल नाइंसाफी हुंदी आ ते आपां अगे होइए उस दे खिलाफ लड़न नू ਕੋਈ ਵੀ ਕਲੈਕਟਿਵ ਜਨਤਾ ਦੇ ਇਕੱਠੇ ਹੋਣ ਦਾ ਕੁਝ ਕੰਮ ਕਰਨਾ ਹੈ ਤਾਂ ਸਾਰਿਆਂ ਦਾ ਹੋਣਾ ਜ਼ਰੂਰੀ ਹੈ ਅਤੇ ਸਾਰਿਆਂ ਦੇ ਵਿੱਚ ਅਸੀਂ ਸਿੱਖ ਵੀ ਆਪਣਾ ਨਾਮ ਦਿਖਾ ਰਹੇ ਹਾਂ ਆਪਣਾ ਹਿੱਸਾ ਦਿਖਾ ਰਹੇ ਹਾਂ ਅਤੇ UN ਦੇ ਵਿੱਚ ਜੋ ਸਮਿਟ ਹੋਣਾ ਉਸ ਲਈ ਲੋਕਾਂ ਨੂੰ ਦੇਖਣਾ ਪੈਣਾ ਕਿ ਸਭ ਲੋਕ ਇਕੱਠੇ ਹੋਏ ਆ ਕਿਉਂਕਿ ਇਹ ਇਸ਼ੂ ਹਰ ਇੱਕ ਨੂੰ ਇਫੈਕਟ ਕਰਦਾ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਸਿੱਖ ਜਥੇਬੰਦੀ ਦੇ ਰੂਪ ਵਿੱਚ ਈਕੋਸਿੱਖ ਦੇ ਰੂਪ ਵਿੱਚ ਨਿਊਯਾਰਕ ਦੇ ਵਿੱਚ ਕਲਾਈਮੇਟ ਮਾਰਚ ਜਿੱਥੇ 1 ਲੱਖ ਦੇ ਕਰੀਬ ਅਲੱਗ ਅਲੱਗ ਧਰਮਾਂ ਦੇ ਲੋਕ ਸਪੈਸ਼ਲੀ ਮਾਤਾ ਧਰਤ ਦੇ ਪਿਆਰ ਲਈ ਖੜ੍ਹੇ ਹੋਏ ਨੇ ਅਤੇ ਮੈਂ ਆਪਣੇ ਸਿੱਖ ਭਾਈਚਾਰੇ ਸਾਰੇ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਆਪਣੇ ਨਜ਼ਰੀਏ ਸਾਨੂੰ ਆਪਣੇ ਤੌਰ ਤਰੀਕੇ ਮਾਤਾ ਧਰਤ ਦੇ ਪ੍ਰੋਟੈਕਸ਼ਨ ਵਾਲੇ ਬਣਾਉਣੇ ਚਾਹੀਦੇ ਸਾਨੂੰ ਆਪਣੇ ਲਾਈਫ ਸਟਾਈਲਸ ਨੇ ਜਿਹੜੇ ਉਹਦੇ 'ਚ ਪਾਣੀ ਦੀ ਬੱਚਤ ਰੁੱਖਾਂ ਦੀ ਸੰਭਾਲ ਆਪਣੇ ਪੰਜਾਬ ਦੇ ਪਾਣੀਆਂ ਦੀ ਸੰਭਾਲ ਆਪਣੀਆਂ ਫਸਲਾਂ ਦੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੰਭਾਲ ਬਾਰੇ ਸਾਨੂੰ ਜ਼ਰੂਰ ਸੋਚ ਕੇ ਕੁਛ ਨਾ ਕੁਛ ਕਰਨਾ ਚਾਹੀਦਾ ਅੱਜ ਦੇ ਦਿਨ ਪੀਪਲਸ ਕਲਾਈਮੇਟ ਮਾਰਚ ਵਾਸਤੇ ਸਿੱਖ ਇੱਥੇ ਆਏ ਆ ਕਿਉਂਕਿ ਆਪਾਂ ਆਪਣੀ ਆਵਾਜ਼ ਕੱਢੀ ਹੈ ਕਿ ਆਪਾਂ ਦੂਜਿਆਂ ਨੂੰ ਦੱਸੀਏ ਵੀ ਆਪਾਂ ਸਿੱਖ ਹਾਂ ਅਤੇ ਆਪਾਂ ਵੀ ਇਸ ਨਾਇਨਸਾਫੀ ਦੇ ਖਿਲਾਫ ਖੜਾਂਗੇ